ਪੰਜਾਬ ਵਿੱਚ ਪਿਛਲੇ ਦਿਨੀ ਅਸ਼ਾਂਤੀ ਦਾ ਕਾਰਨ ਇਹ ਬਰਗਾੜੀ ਵਿੱਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਇੱਕ ਚੈਨ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਮੁਸਲਮਾਨ, ਈਸਾਈ, ਹਿੰਦੂ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਦੇ ਨਾਲ ਨਾਲ ਪਾਕਿਸਤਾਨ ਤੋਂ ਵੀ ਕੁਝ ਲੋਕ ਹਿੱਸਾ ਲੈਣਗੇ। ਇਹ ਜਾਣਕਾਰੀ ਫਰੀਦਕੋਟ ਵਿੱਚ ਇੱਕ ਪ੍ਰੈਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਿੱਤੀ। ਉਹਨਾਂ ਕਿਹਾ ਕਿ ਸਰਬ ਖਾਲਸਾ ਵਿੱਚ ਜੋ ਪਾਰਟੀਆਂ ਸ਼ਾਮਲ ਹੋਈਆਂ ਸੀ ਉਹ ਸਾਰੀਆਂ ਹੀ ਇਲੈਕਸ਼ਨ ਲੜਨਗੀਆਂ। ਨਾਲ ਹੀ ਉਹਨਾਂ ਕਿਹਾ ਕਿ ਉਹ 2017 ਦੀਆਂ ਚੋਣਾਂ ਜ਼ੋਰਦਾਰ ਤਰੀਕੇ ਨਾਲ ਲੜਨਗੇ। ਇਸਦੇ ਨਾਲ ਉਹਨਾਂ ਟਾਈਟਲਰ ਨੂੰ ਕੇਜਰੀਵਾਲ ਦਾ ਮਿੱਤਰ ਦੱਸਿਆ। ਅਸੀਂ ਜੀ 27 ਤਰੀਕ ਨੂੰ ਇੱਕ ਚੇਨ ਬਣਾ ਕੇ ਬਰਗਾੜੀ ਤੋਂ ਲੈ ਕੇ ਫਰੀਦਕੋਟ ਮਨੁੱਖਾਂ ਦੀ ਇੱਥੇ ਆ ਰਹੇ ਹਾਂ, ਕਿਉਂ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਅਜੇ ਤੱਕ ਉਹਦੀ ਪੜਤਾਲ ਨਹੀਂ ਹੋਈ, ਅਤੇ ਦੋ ਜਿਹੜੇ ਸਿੱਖ ਮਾਰਤੇ ਹੈ ਉਹਨਾਂ ਦੀ ਵੀ ਤਫਤੀਸ਼ ਮੁਕੰਮਲ ਨਹੀਂ ਕਰ ਰਹੇ, ਨਾ ਉਹਨਾਂ ਦੇ ਕਾਤਲਾਂ ਨੂੰ ਫੜ ਰਹੇ ਹੈ। ਇਹ ਸਿਰਫ ਬਰਗਾੜੀ ਅਤੇ ਫਰੀਦਕੋਟ ਡਿਪਟੀ ਕਮਿਸ਼ਨਰ ਦੇ ਕਚਹਿਰੀ ਦੇ ਵਿੱਚ ਅਸੀਂ ਆਉਣਾ ਹੈਗਾ ਚੇਨ ਬਣਾ ਕੇ, ਇੱਥੋਂ ਤੱਕ ਹੀ ਹੈ। ਅਤੇ ਸਾਰੇ ਪੰਜਾਬ ਬਾਹਰੋਂ ਵੀ ਸਿੱਖ ਆ ਰਹੇ ਹੈ, ਵਿਦੇਸ਼ਾਂ ਤੋਂ ਵੀ ਸਿੱਖ ਆ ਰਹੇ ਹੈ, ਅਤੇ ਸਾਰੇ ਪਾਸੇ ਹੋ ਰਿਹਾ। ਕੁਛ ਪਾਕਿਸਤਾਨੀ ਵੀ ਅੱਜ ਮੈਨੂੰ ਮਿਲ ਕੇ ਗਏ, ਉਹ ਵੀ ਕਹਿੰਦੇ ਅਸੀਂ ਆਵਾਂਗੇ। ਅਤੇ ਜਿਹੜਾ ਕੇਜਰੀਵਾਲ ਸਾਹਿਬ ਹੈ ਉਹ ਜਿਹੜਾ ਟਾਈਟਲਰ ਹੈ ਉਹਦੇ ਨਾਲ ਸਿੱਧੀ ਦੋਸਤੀ ਹੈ ਇਹਨਾਂ ਦਾ, ਅਤੇ ਸਰਸੇ ਵਾਲਿਆਂ ਦਾ ਅਤੇ ਭਣਿਆਰੇ ਵਾਲਿਆਂ ਦਾ ਅਤੇ ਨਿਰੰਕਾਰੀਆਂ ਦਾ ਅਤੇ ਨੂਰਮੈਦੀਆਂ 'ਚ ਫਰਕ ਕੀ ਰਹਿ ਗਿਆ ਫਿਰ? ਇਹ ਬਿਲਕੁਲ ਮੈਦਾਨ ਦੇ ਉੱਤੇ ਇਹਨਾਂ ਨੂੰ ਸਫਾਈ ਦੇਣੀ ਚਾਹੀਦੀ ਹੈ। ਸਾਰੇ ਜਿਹੜੇ ਵੱਡੇ ਬਾਬੇ ਆ ਜਿਨ੍ਹਾਂ ਕੋਲ ਔੜੀਆਂ ਹੈਗੀਆਂ, ਜਿਹੜੇ ਇਹ ਲੋਕਾਂ ਦੇ ਕੋਲ ਆਉਂਦੇ ਨਹੀਂ, ਲੋਕਾਂ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ, ਮੈਂ ਅੱਜ ਸਾਰੇ ਬਾਬਿਆਂ ਨੂੰ ਤੁਹਾਡੇ ਕੋਲੋਂ ਰਿਕੁਐਸਟ ਕਰਦਾ ਕਿ ਜਿੰਨੇ ਵੀ ਤਕੜੇ ਤਕੜੇ ਬਾਬੇ ਹੈਗੇ ਹੈ ਉਹ 27 ਤਰੀਕ ਨੂੰ ਕੌਮ ਦਾ ਸਾਥ ਦੇਣ। ਇਹ ਸਿਆਸੀ ਗੱਲ ਨਹੀਂ ਹੈ, ਇਹ ਬੜੀ ਸੋਹਣੀ ਗੱਲ ਸੁਖਬੀਰ ਸਿੰਘ ਜੀ ਨੇ ਕੀਤੀ ਹੈ ਜੀ, ਪਰ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਸਾਰੇ ਸਿੱਖ ਅਤੇ ਪੰਜਾਬੀ ਦਿਖਣ, ਮੈਂ ਖਾਲਿਸਤਾਨੀ ਪੰਜਾਬੀ ਅਕਾਲੀ ਹਾਂ। ਫਰੀਦਕੋਟ ਤੋਂ ਆਜ਼ਾਦ ਟੀਵੀ ਨਿਊਜ਼ ਲਈ ਗੁਰਜੀਤ ਰੋਮਾਣਾ ਦੀ ਰਿਪੋਰਟ।